ਦਰਸ਼ਨ ਕਰਨ ਆਏ ਜੀ ਕਰਤਾਰਪੁਰ ਸਾਹਿਬ ਦੇ। ਹੁਣ ਕੋਈ ਦੂਰਬੀਨ ਨਹੀਂ ਇੱਥੇ, ਦੂਰਬੀਨ ਤੋਂ ਬਿਨਾਂ ਮੁਸ਼ਕਿਲ ਆਈ, ਬਹੁਤ ਮੁਸ਼ਕਿਲ ਆਉਂਦੀ ਹੈ। ਕੀ ਕਹਿਣਾ ਚਾਹੋਗੇ ਦੂਰਬੀਨ? ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਵੀ ਇੱਥੇ ਦੂਰਬੀਨਾਂ ਵੀ ਲਾਈਆਂ ਜਾਣ, ਸੰਗਤ ਖੁੱਲ੍ਹ ਕੇ ਦਰਸ਼ਨ ਕਰ ਸਕੇ। ਬਾਕੀ ਆਹ ਜ਼ੋਰ 'ਚ ਰਾਹ ਚੱਲਣ ਜਾ ਬਣਾਉਣ ਡੇ, ਇੱਧਰੋਂ ਵੀ ਕੋਈ ਨਾ ਕੋਈ ਹੋਣਾ ਚਾਹੀਦਾ ਜਲਦੀ ਤੋਂ ਜਲਦੀ, ਤਾਂ ਅਸੀਂ ਖੁੱਲ੍ਹ ਕੇ ਦਰਸ਼ਨ ਕਰ ਸਕੀਏ। ਨਹੀਂ ਫਰਕ ਤਾਂ ਪੈਂਦਾ ਜੇ ਦੂਰਬੀਨਾਂ ਨਾਲ ਦਰਸ਼ਨ ਹੁੰਦੇ ਸੀ, ਪ੍ਰਤੱਖ ਹੋਰ ਨੇੜਿਓਂ ਵੇਖ ਸਕਦੇ ਸੀ। ਨਹੀਂ ਲੱਗਣੀਆਂ ਚਾਹੀਦੀਆਂ ਫਿਰ, ਮੈਂ ਕਹਿੰਦਾ ਜੀ ਦੂਰਬੀਨਾਂ ਛੱਡੋ, ਅਸੀਂ ਹੁਣ ਪ੍ਰਤੱਖ ਦਰਸ਼ਨ ਇੱਥੇ ਕੰਮ ਚੱਲਣਾ ਚਾਹੀਦਾ ਹੁਣ ਪੂਰਾ ਜਿੱਦਾਂ ਉਹਨਾਂ ਦਾ ਚੱਲਦਾ ਪਿਆ। ਦੂਰਬੀਨ ਜਦੋਂ ਮੌਸਮ ਸਾਫ਼ ਹੁੰਦਾ ਉਦੋਂ ਤਾਂ ਬਹੁਤ ਸੋਹਣਾ ਗੁਰਦੁਆਰੇ ਦਰਸ਼ਨ ਹੋ ਜਾਂਦੇ ਆ, ਅਤੇ ਉਹ ਦੂਰਬੀਨਾਂ ਲਿਆਂਦੀਆਂ ਸੀ ਅਤੇ ਉਹ ਕੋਈ ਨਾ ਸੈੱਟ ਨਹੀਂ ਆਈਆਂ, ਉਹ ਕਰਕੇ ਉਹ ਅਜੇ ਨਾ ਉੱਥੇ ਲਗਾਈਆਂ ਨਹੀਂ ਗਈਆਂ। ਇੱਕ ਉਹਨਾਂ ਦੂਰਬੀਨਾਂ ਵਾਸਤੇ ਨਾ ਮੁਲਾਜ਼ਮ ਦੀ ਲੋੜ ਆ, ਜਿਹੜਾ ਉਹਦੇ ਕੋਲ ਰਹਿ ਕੇ ਅਤੇ ਉਹਨੂੰ ਫਿਰ ਉਹਨੂੰ ਦਿਖਾਵੇ, ਅਤੇ ਉਹ ਇਹ ਬੇਨਤੀ ਆ ਕਿ ਉਹ ਮਹਿਕਮੇ ਵਾਲੇ ਨੂੰ ਚਾਹੀਦਾ ਵਾ ਕਿ ਉਹ ਦੂਰਬੀਨਾਂ ਨੂੰ ਸੈੱਟ ਕਰਵਾ ਦੇਣ, ਅਤੇ ਉਹਨਾਂ ਵਾਸਤੇ ਜਾਂ ਕੋਈ ਬਕਸਾ ਬਣਵਾਉਣ ਅਤੇ ਜਾਂ ਕੁਛ ਵੀ ਉਹਦੇ ਵਾਸਤੇ ਜੋ ਵੀ ਉਹਨਾਂ ਦਾ ਹੱਲ ਹੋ ਸਕਦਾ ਉਹ ਕਰਕੇ ਅਤੇ ਦੂਰਬੀਨਾਂ ਨੂੰ ਸਹੀ ਤਰੀਕੇ ਨਾਲ ਸੈੱਟ ਕਰ ਦੇਣ। ਸੰਗਤ ਜਿਹੜੀ ਆਉਂਦੀ ਉਹਨਾਂ ਵਾਸਤੇ ਹਾਲੇ ਪਰੇਸ਼ਾਨੀ ਆ, ਅਤੇ ਉਹ ਵੈਸੇ ਚਾਹੀਦੇ ਨੇ ਸਰਕਾਰ ਨੂੰ ਜਾਂ ਹੋਰ ਦੂਜੀਆਂ ਦੂਰਬੀਨਾਂ ਜਿਹੜੀਆਂ ਦੋ ਅੱਖਾਂ ਵਾਲੀਆਂ ਉਹ ਲਿਆ ਕੇ ਲਾ ਦੇਣ, ਉਹ ਬਕਸਾ ਬਣਿਆ ਉਹਦੇ ਵਿੱਚ ਫਿੱਟ ਹੋ ਸਕਦੀ ਆ। ਦੂਰਬੀਨਾਂ ਨਾਲ ਦੇਖਣਾ ਜਿਹੜਾ ਕਿ ਸਾਫ਼ ਲੱਗਦਾ ਵਾ, ਸਾਫ਼ ਦਿਖਾਈ ਦਿੰਦਾ ਵਾ, ਅਤੇ ਇਹਦਾ ਥੋੜ੍ਹਾ ਇਹ ਹੈ ਕਿ ਸੰਗਤਾਂ ਨੂੰ ਮੁਸ਼ਕਲ ਆਉਂਦੀ ਦੂਰਬੀਨਾਂ ਬਿਨਾਂ ਦੇਖਣ ਦਾ। ਲਗਾਉਣੀਆਂ ਚਾਹੀਦੀਆਂ? ਹਾਂਜੀ, ਥੋੜ੍ਹੀ ਮੁਸ਼ਕਿਲ ਆਉਂਦੀ ਆ ਦੇਖਣ 'ਚ, ਪ੍ਰੋਬਲਮ ਆਉਂਦੀ ਆ, ਪੂਰਾ ਕਲੀਅਰ ਨਹੀਂ ਦਿਖਦਾ। ਮੈਨੂੰ ਲੱਗੀ ਹੈ ਨਹੀਂ, ਅਤੇ ਲੱਗਣੀ ਚਾਹੀਦੀ ਆ ਸਰਕਾਰ ਕੇ, ਸਾਡੀ ਤਾਂ ਇਹੀ ਬੇਨਤੀ ਆ ਵੀ ਲੱਗਣੀ ਚਾਹੀਦੀ ਵੈਸੇ ਤਾਂ।